माता जी बिल्कुल ठीक ने, बेबी भी बिल्कुल ठीक है, दोनों मदर एंड बेबी दे आर परफेक्टली फाइन जी। ਤਾਂ ਹੁਣ ਜਾਨਣਾ ਚਾਹਾਂਗੇ ਕਿੰਨਾ ਮੁਸ਼ਕਿਲ ਸੀ ਮਾਂ ਦੇ ਲਈ ਔਰ ਖਾਸ ਤੌਰ ਤੇ ਤੁਹਾਡੇ ਲਈ, ਕਿਸ ਤਰੀਕੇ ਦੇ ਨਾਲ ਸਾਰਾ ਟ੍ਰੀਟਮੈਂਟ ਹੋ ਸਕਿਆ, ਜਿਹੜੀਆਂ ਚੀਜ਼ਾਂ ਤੁਸੀਂ ਦੱਸ ਸਕਦੇ ਹੋ ਜਨਤਕ ਤੌਰ ਤੇ ਜ਼ਰੂਰ ਸਾਡੇ ਨਾਲ ਸਾਂਝੀਆਂ ਕਰੋ, ਕਿਉਂਕਿ ਬਹੁਤ ਸਾਰੀਆਂ ਮਾਵਾਂ ਨੇ, ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਨਾਲ ਅਜਿਹੇ ਭਾਣੇ ਵਾਪਰਦੇ ਨੇ, ਔਰ ਇਸ ਉਮਰ 'ਚ ਆ ਕੇ ਬਹੁਤ ਘੱਟ ਲੋਕ ਨੇ ਜਿਹੜਾ ਅਜਿਹਾ ਕੋਈ ਸੋਚਦੇ ਨੇ ਕਿ ਡਿਸੀਜ਼ਨ ਲਈਏ। ਐਕਚੁਅਲੀ ਦੇਖੋ ਆਪਣੇ ਇੰਡੀਅਨ ਲਾਅ ਦੇ ਅਕੋਰਡਿੰਗ ਤਾਂ 50 ਇਅਰਸ ਤੋਂ ਬਾਅਦ ਇੰਡੀਅਨ ਟ੍ਰੀਟਮੈਂਟ ਨਹੀਂ ਹੋ ਸਕਦਾ ਜੀ, ਹੈ ਨਾ, ਪਰ ਮਾਤਾ ਜੀ ਬਹੁਤ ਫਿੱਟ ਨੇ, ਬਹੁਤ ਮਿਹਨਤ ਕੀਤੀ ਹੈ ਉਹਨਾਂ ਨੇ, ਅਤੇ ਉਹਨਾਂ ਦੀ ਮਿਹਨਤ ਦੇ ਸਦਕੇ ਉਹ ਫਿਟਨੈਸ ਕਰਕੇ ਉਹ ਬਿਲਕੁਲ ਸਹੀ ਨੇ ਅੱਜ, ਔਰ ਬੇਬੀ ਵੀ ਬਿਲਕੁਲ ਠੀਕ ਹੈ ਜੀ। ਕੁਝ ਹੋਰ ਤੁਸੀਂ ਦੱਸਣਾ ਚਾਹੋ, ਕਿਉਂਕਿ ਕਾਫੀ ਜ਼ਿਆਦਾ ਪਿੱਛੇ ਜੇ ਇਹ ਵੀ ਖਬਰ ਆ ਰਹੀ ਸੀ ਕਿ ਉਹ ਪਰੇਸ਼ਾਨ ਵੀ ਹੋਏ ਨੇ, ਔਰ ਕਿਉਂਕਿ ਬਹੁਤ ਸਾਰੀਆਂ ਖਬਰਾਂ ਫੇਕ ਚੱਲ ਰਹੀਆਂ ਸੀ ਮੀਡੀਆ ਦੇ ਵਿੱਚ, ਇਸ ਕਰਕੇ ਉਹ ਕਾਫੀ ਥੋੜੇ ਪਰੇਸ਼ਾਨ ਹੋ ਗਏ ਸੀਗੇ। ਹਾਂਜੀ ਬਿਲਕੁਲ, ਉਹ ਤਾਂ ਪਰੇਸ਼ਾਨੀ ਹੁੰਦੀ ਹੈ, ਆਲਰੇਡੀ ਇੰਨੀਆਂ ਪਰੇਸ਼ਾਨੀਆਂ ਹੁੰਦੀਆਂ, ਹੈ ਨਾ, ਉੱਪਰੋਂ ਫਿਰ ਫੇਕ ਨਿਊਜ਼ ਤੋਂ ਬੰਦਾ ਦੁਖੀ ਹੁੰਦਾ, ਬਟ ਖੈਲੇ ਖੁਸ਼ੀ ਦੀ ਘੜੀ ਹੈ ਤੇ ਉਹਨਾਂ ਦਾ ਪਰਸਨਲ ਟਾਈਮ ਹੈ, ਹਮੇ ਆਪਾਂ ਨੂੰ ਉਹਨਾਂ ਨੂੰ ਇਹਨੂੰ ਇੰਜੋਏ ਕਰਨ ਦਾ ਪੂਰਾ ਟਾਈਮ ਦੇਣਾ ਚਾਹੀਦਾ ਕਿ ਉਹ ਇਸ ਖੁਸ਼ੀ ਨੂੰ ਇੰਜੋਏ ਕਰਨ ਆਪਣੀ ਫੈਮਿਲੀ ਨਾਲ, ਪਰਸਨਲੀ ਆਪਣੀ ਪ੍ਰਾਈਵੇਟ ਮੈਟਰ ਹੈ ਉਹਨਾਂ, ਪਰ ਬਹੁਤ ਅੱਛੇ ਰਹੇ ਹੈ ਉਹ, ਥੋੜੀ ਬਹੁਤ ਪ੍ਰੋਬਲਮਸ ਆਉਂਦੀਆਂ ਹੀ ਹੈਗੀਆਂ ਨੇ, ਪਰ ਉਹਨਾਂ ਨੇ ਬਹੁਤ ਹਿੰਮਤ ਨਾਲ ਹਰ ਪੂਰੀ ਪ੍ਰੈਗਨੈਂਸੀ ਜੋ ਉਹਨਾਂ ਦਾ ਟ੍ਰੀਟਮੈਂਟ ਮੇਰੇ ਦੌਰਾਨ ਚੱਲਿਆ ਹੈ ਜੀ, ਤੇ ਉਹ ਬਹੁਤ ਵਧੀਆ ਰਹੇ ਨੇ, ਮਤਲਬ ਇਹ ਕਹਿ ਲਈਏ ਕਿ ਵੈਲ ਹੈਲਦੀ ਨੇ, ਹਾਂਜੀ ਵੈਲ ਪਾਵਰ ਉਹਨਾਂ ਨੇ ਰੱਖੀ ਹੈ ਕਿ ਹਿੰਮਤ ਰੱਖੀ ਹੈ, ਇਸ ਕਰਕੇ ਪੋਸੀਬਲ ਹੋ ਪਾਇਆ, ਬਹੁਤ ਜ਼ਿਆਦਾ, ਔਰ ਬਹੁਤ ਪੋਜ਼ਿਟਿਵਿਟੀ ਰੱਖੀ ਹੈ, ਬਹੁਤ ਡਿਸਿਪਲਿਨ ਸੇ ਰਹੇ ਹੈ ਜੀ, ਹਾਂ, ਤੋ ਇਸ ਲਈ ਇਨਕੋ ਆਊਟਕਮ ਵੀ ਬਹੁਤ ਅੱਛਾ ਮਿਲਾ ਹੈ ਜੀ। ਇੱਕ ਸਵਾਲ ਹੋਰ ਜ਼ਰੂਰ ਲੈਣਾ ਚਾਹਾਂਗੇ, ਡਿਲੀਵਰੀ ਦਾ ਐਗਜ਼ੈਕਟ ਟਾਈਮ ਕੀ ਸੀ, ਕਿ ਅੱਜ ਹੀ ਬੇਟੇ ਨੇ ਜਨਮ ਲਿਆ ਜਾਂ ਕੱਲ ਕਦੋਂ ਸੀ? ਨਹੀਂ ਅੱਜ 5:58 ਮਾਰਨਿੰਗ ਜੀ ਜੀ ਜੀ, ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਮੈਡਮ ਗੱਲਬਾਤ ਕਰਨ ਲਈ ਨਿਊਜ਼ 18 ਪੰਜਾਬ ਦੇ ਨਾਲ। ਤਾਂ ਮਮਤਾ ਜੋਸ਼ੀ ਸਾਡੇ ਨਾਲ ਪੰਜਾਬੀ ਗਾਇਕਾ ਜੁੜ ਚੁੱਕੇ ਨੇ ਫੋਨ ਲਾਈਨ ਤੇ, ਮਮਤਾ ਜੀ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਤੁਹਾਡਾ, ਕੀ ਕਹਿਣਾ ਚਾਹੋਗੇ, ਅੱਜ ਖੁਸ਼ੀਆਂ ਵਾਪਸ ਆਈਆਂ ਨੇ ਪਿੰਡ ਮੂਸਾ ਦੇ ਵਿੱਚ। ਜੀ 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 ਬਿਲਕੁਲ ਗੁਰਜੋਤ ਜੀ, ਕਿਸੇ ਵੀ ਮਾਂ ਬਾਪ ਲਈ, ਹੈ ਨਾ, ਕਿਸੇ ਵੀ ਪਰਿਵਾਰ ਲਈ ਇਹ ਸਭ ਤੋਂ ਖੁਸ਼ੀ ਦਾ ਦਿਨ ਹੁੰਦਾ ਹੈ ਨਾ ਜੀ, ਤੇ ਕਿਉਂਕਿ ਜਦੋਂ ਇਹਨਾਂ ਦੇ ਘਰ ਦੇ ਵਿੱਚ ਕੀ ਕਹਿ ਲਈਏ ਕਿ ਮਿਊਜ਼ਿਕ ਇੰਡਸਟਰੀ ਵਿੱਚ ਵੀ ਜਦੋਂ ਇਹ ਭਾਣਾ ਵਾਪਰਿਆ ਤੇ ਇੱਕਦਮ ਉਦਾਸੀ ਸੀ, ਪਰ ਕਹਿੰਦੇ ਨੇ ਨਾ ਕਿ ਸਮੇਂ ਆਪਣੇ ਆਪ ਨਾਲ ਬਹੁਤ ਵੱਡੀ ਚੀਜ਼ ਹੈ ਨਾ, ਤੇ ਉਹ ਸਮੇਂ ਬਦਲਿਆ, ਉਹ ਜਿਹੜਾ ਪਹਿਲਾਂ ਵਕਤ ਸੀ ਅੱਜ ਤੋਂ ਕੁਝ ਚਿਰ ਪਹਿਲਾਂ, ਲੇਕਿਨ ਅੱਜ ਦਾ ਵਕਤ ਉਹ ਦਿਨ ਪਰਿਵਾਰ ਦਾ ਖੁਸ਼ੀ ਦੇ ਮਾਹੌਲ ਵਿੱਚ ਤਬਦੀਲ ਹੋ ਗਿਆ, ਤੇ ਇਸੇ ਲਈ ਕਹਿੰਦੇ ਨੇ ਨਾ ਕਿ ਸਮੇਂ ਦੇ ਉੱਤੇ ਕਦੀ ਕਦੀ ਸਾਨੂੰ ਛੱਡ ਦੇਣਾ ਚਾਹੀਦਾ, ਉਹਦੇ ਉਹਦੇ ਹੀ ਸਵਾਲ ਤੇ ਉਹਦੇ ਜਵਾਬ ਨੇ, ਤੇ ਇਸ ਕਰਕੇ ਅੱਜ ਜਵਾਬ ਜਿਹੜਾ ਮਿਲਿਆ ਉਹ ਬਹੁਤ ਅੱਛਾ ਮਿਲਿਆ, ਔਰ ਮੈਨੂੰ ਲੱਗਦਾ ਕਿ ਮਾਂ ਲਈ ਕਿੰਨਾ ਖੁਸ਼ੀ ਦਾ ਦਿਨ ਹੋਏਗਾ ਨਾ ਜੀ, ਸੋ ਇੱਕ ਦੁਬਾਰਾ ਨਵੇਕਲੀ ਉਹਨਾਂ ਦੇ ਘਰ ਦੇ ਵਿੱਚ ਇੱਕ ਉਮੀਦ ਜਾਗੀ ਹੈ, ਇਹ ਮੈਨੂੰ ਲੱਗਦਾ ਕਿ ਇਸ ਤੋਂ ਵੱਡੀ ਖੁਸ਼ੀ, ਔਰ ਸਾਡੇ ਵੱਲੋਂ ਪ੍ਰੋਪਰ ਪੂਰੀ ਜਿਹੜਾ ਮਿਊਜ਼ਿਕ ਇੰਡਸਟਰੀ ਮਿਊਜ਼ਿਕ ਜਿੰਨੇ ਵੀ ਅਸੀਂ ਕਲਾਕਾਰ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਕਿ ਅਸੀਂ ਹਜੇ ਗੱਲ ਤਾਂ ਨਹੀਂ ਕਰ ਸਕਦੇ ਪਰ ਅਸੀਂ ਮੁਬਾਰਕਾਂ ਸਾਡੀਆਂ ਉਹਨਾਂ ਤੱਕ ਪਹੁੰਚ ਸਕਦੀਆਂ ਤੁਹਾਡੇ ਜ਼ਰੀਏ, ਸੋ ਗੁਰਜੋਤ ਜੀ ਮੈਂ ਸਭ ਨੂੰ ਇਸੇ ਦਿਨ ਦਾ ਸਭ ਨੂੰ ਮੁਬਾਰਕਾਂ ਦੇਣਾ ਚਾਹਾਂਗੀ। ਤੁਸੀਂ ਬਹੁਤ ਡੂੰਘਾਈ ਦੇ ਵਿੱਚ ਦੱਸ ਰਹੇ ਹੋ, ਕਿਉਂਕਿ ਤੁਸੀਂ ਸੂਫੀ ਗਾਇਕਾ ਹੋ, ਉਹ ਚੀਜ਼ਾਂ ਨੂੰ ਬਿਆਨ ਕਰਨਾ ਬਹੁਤ ਬਾਖੂਬੀ ਤੁਹਾਨੂੰ ਆਉਂਦਾ ਹੈ ਮਮਤਾ ਜੀ, ਤਾਂ ਮੈਂ ਚਾਹਾਂਗੀ ਦੋ ਲਾਈਨਾਂ ਜ਼ਰੂਰ ਜਾਂ ਬੋਲ ਕੇ ਦੱਸ ਦਵੋ ਕਿ ਅੱਜ ਕੀ ਕੁਝ ਕਹਿਣਾ ਚਾਹੋਗੇ ਤੁਸੀਂ ਇਸ ਦਿਨ ਤੇ। ਅੱਜ ਦਿਨ ਚੜਿਆ ਹੈ ਤੇਰੇ ਰੰਗ ਵਰਗਾ, ਅੱਜ ਦਿਨ ਚੜਿਆ ਹੈ
ਤੇਰੇ ਰੰਗ ਵਰਗਾ। ਇਹ 17 ਸ਼ਿਵ ਕੁਮਾਰ ਬਟਾਲਵੀ ਨੇ ਕਹੀਆਂ ਨੇ। ਸੋ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ, ਕਿ ਇੱਕ ਦਿਨ ਉਹ ਹੈ ਕਿ ਜਦੋਂ ਮਾਂ ਔਰ ਪੁੱਤ ਦਾ ਰੰਗ ਇੱਕ ਹੋ ਜਾਂਦਾ। ਸੋ ਮੈਨੂੰ ਲੱਗਦਾ ਕਿ ਇਹ 17 ਬਹੁਤ ਨੇੜੇ ਬੈਠ ਰਹੀਆਂ ਨੇ ਜੀ। ਇੱਕ ਅਖੀਰਲਾ ਸਵਾਲ ਹੈ, ਇਸੇ ਨੂੰ ਸ਼ਾਇਦ ਕਹਿ ਸਕਦੇ ਕਿ ਦਿਨ ਬਦਲਦਿਆਂ ਦੇਰ ਨਹੀਂ ਲੱਗਦੀ, ਮਮਤਾ ਜੀ? ਜੀ 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 ਬਿਲਕੁਲ ਬਿਲਕੁਲ। ਦੇਖੋ ਤੁਸੀਂ ਕਿ ਇਸੇ ਨੂੰ ਕੁਦਰਤ ਦੀ ਆਪਾਂ ਜੇ ਕਹਿੰਦੇ ਨੇ ਨਾ, ਵੀ ਤੁਹਾਡੇ ਜ਼ਰੀਏ ਮੈਸੇਜ ਮੈਂ ਲੋਕਾਂ ਨੂੰ ਵੀ ਦੇਣਾ ਚਾਹੁੰਦੀ ਕਿ ਜਦੋਂ ਸਾਡੇ ਨਾਲ ਕੋਈ ਵੀ ਮਾੜੀ ਚੀਜ਼ ਹੋ ਜਾਂਦੀ ਹੈ ਨਾ, ਆਪਾਂ ਬੜੇ ਪਰੇਸ਼ਾਨ ਹੋ ਜਾਂਦੇ ਹਾਂ ਵੀ ਇਹ ਕੀ ਸਾਡੇ ਨਾਲ ਰੱਬ ਨੇ ਕੀਤਾ, ਕੁਦਰਤ ਨੇ ਸਾਡੇ ਨਾਲ ਇਹ ਕੀ ਕੀਤਾ ਹਨਾ। ਆਪਣੇ ਵਿੱਚ ਜਿਹੜੀਆਂ ਕੜੀਆਂ ਨੇ, ਕੁਛ ਆਪਣੇ ਸਾਡੇ ਆਪਣੇ ਪਿਛਲੇ ਵੀ ਕਹਿ ਲਓ ਵੀ, ਸਭ ਤੋਂ ਵੱਡੀ ਗੱਲ ਕਿ ਸਾਂਸ ਹੈ ਜਿਹੜੀ, ਸਵਾਸ ਹੈ ਇਹ ਉੱਪਰ ਵਾਲੇ ਦੀ ਦਿੱਤੀ ਹੈ, ਜਦੋਂ ਉਹਨੇ ਦਿੱਤੀ ਦਿੱਤੀ, ਜਦੋਂ ਉਹਨੇ ਖਿੱਚਣੀ ਸੀ ਖਿੱਚ ਲਈ, ਬਹਾਨਾ ਹੀ ਬਣਦਾ ਕਿਸੇ ਚੀਜ਼ ਦਾ। ਪਰ ਕੁਦਰਤ ਕਹਿ ਲਓ ਨਾ ਵੀ ਆਪਣੇ ਆਪ ਚ ਕੁਦਰਤ ਮਾਂ ਹੈ, ਉਹ ਕਿਸੇ ਨੂੰ ਵੀ ਵੀ ਇੰਨਾ ਬੁਰੀ ਕੰਡੀਸ਼ਨ ਚ ਨਹੀਂ ਰੱਖਣਾ ਚਾਹੁੰਦੀ। ਪਰ ਅਸੀਂ ਇਨਸਾਨ ਆ ਨਾ, ਸਾਨੂੰ ਚੀਜ਼ਾਂ ਦਾ ਅਗਲੀ ਕਿਤਾਬ ਦਾ ਕੀ ਪੰਨਾ ਸਾਨੂੰ ਪਤਾ ਨਹੀਂ, ਕੁਦਰਤ ਦੇ ਪੰਨਿਆਂ ਦਾ ਸਾਨੂੰ ਪਤਾ ਨਹੀਂ। ਪਰ ਇਸੇ ਕਰਕੇ ਸਾਨੂੰ ਇਹ ਮੈਸੇਜ ਲੈਣਾ ਚਾਹੀਦਾ ਅੱਜ ਦੇ ਦਿਨ ਤੋਂ ਕਿ ਕਿੰਨੇ ਮਾਯੂਸ, ਕਿੰਨੇ ਅਸੀਂ ਔਖੇ ਹੋ ਗਏ ਸੀ ਜਦੋਂ ਇਸ ਦਿਨ ਇਸ ਪਰਿਵਾਰ ਤੇ ਵੀ ਵਾਪਰਿਆ ਸੀ, ਇੰਡਸਟਰੀ ਚ ਵਾਪਰਿਆ ਸੀ, ਤੇ ਸਾਨੂੰ ਲੱਗਿਆ ਸੀ ਕੀ ਹੋ ਗਿਆ ਹਨਾ। ਪਰ ਕੁਦਰਤ ਦੇ ਉੱਤੇ ਜਦੋਂ ਆਪਾਂ ਸਾਰੇ ਰੰਗਾਂ ਨੇ ਉਹਨੂੰ ਛੱਡ ਦਿੰਦੇ ਹਾਂ ਤੇ ਕਿਤੇ ਨਾ ਕਿਤੇ ਸਾਨੂੰ ਉਹਦਾ ਰਿਜ਼ਲਟ ਵੀ ਅੱਛਾ ਮਿਲਦਾ। ਸੋ ਦੁੱਖ ਸੁੱਖ ਦੋਨੋਂ ਜ਼ਿੰਦਗੀ ਦੇ ਬਰਾਬਰ ਪਹਿਲੂ ਨੇ, ਕਦੀ ਵੀ ਐਵੇਂ ਨਹੀਂ ਹੋ ਸਕਦਾ ਕਿ ਸੁੱਖ ਹੀ ਚੱਲਦੇ ਰਹਿਣ ਤੇ ਸਾਨੂੰ ਦੁੱਖਾਂ ਦੀ ਸੇਕ ਨਾ ਲੱਗੇ ਹਨਾ। ਬਿਲਕੁਲ ਬਿਲਕੁਲ, ਸ਼ੁਕਰੀਆ, ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ, ਧੰਨਵਾਦ ਹੈ। ਮਮਤਾ ਜੀ ਸਾਡੇ ਨਾਲ ਜੁੜੇ, ਗੁਰਪ੍ਰੀਤ ਘੁੱਗੀ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਗੁਰਪ੍ਰੀਤ ਜੀ, ਮਮਤਾ ਜੋਸ਼ੀ ਨੂੰ ਤੁਸੀਂ ਸੁਣ ਰਹੇ ਹੋਗੇ, ਔਰ ਅਸੀਂ ਕਹਿ ਸਕਦੇ ਹਾਂ ਕਿ ਹਮੇਸ਼ਾ ਹਿੰਮਤ ਪਰਿਵਾਰ ਨੂੰ ਰੱਖਣੀ ਚਾਹੀਦੀ ਹੈ, ਭਾਵੇਂ ਕਿਸੇ ਦੇ ਨਾਲ ਵੀ ਅਜਿਹਾ ਹੋਵੇ। ਹਾਲਾਂਕਿ ਇਸ ਪਰਿਵਾਰ ਨਾਲ ਤਾਂ ਸਾਰੀ ਦੁਨੀਆ ਖੜੀ ਸੀ, ਹਰ ਇੱਕ ਕੋਈ ਖੜਾ ਸੀ, ਭਾਵੇਂ ਉਹ ਦੁੱਖ ਸੀ ਤੇ ਭਾਵੇਂ ਅੱਜ ਖੁਸ਼ੀਆਂ ਮਿਲੀਆਂ ਨੇ। ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ, ਔਰ ਮਮਤਾ ਜੋਸ਼ੀ ਜੀ ਦੀ ਗੱਲ ਕਰ ਰਹੇ ਸੀ ਤੇ ਉਹਨਾਂ ਦੇ ਨਾਂ ਦੇ ਵਿੱਚ ਹੀ ਮਮਤਾ ਬਹੁਤ ਸ਼ਿੱਦਤ ਨਾਲ ਇਸ ਗੱਲ ਨੂੰ ਮਹਿਸੂਸ ਕਰ ਰਹੇ ਸੀ, ਮੈਂ ਸਮਝ ਰਿਹਾ ਸੀ, ਔਰ ਉਸੇ ਸ਼ਿੱਦਤ ਦੇ ਨਾਲ ਸਾਰਾ ਪੰਜਾਬ ਅੱਜ ਖੁਸ਼ੀ ਨੂੰ ਮਹਿਸੂਸ ਕਰ ਰਿਹਾ, ਕਿਉਂਕਿ ਜਿਹੜਾ ਲੋਕ ਕਹਿੰਦੇ ਸੀ ਨਾ ਕਿ ਸਾਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਉਹ ਬੱਚਾ ਚਲਾ ਗਿਆ, ਉਹ ਮੁੰਡਾ ਚਲਾ ਗਿਆ ਦੁਨੀਆਂ ਤੋਂ, ਉਹ ਵਾਕਈ ਸੱਚ ਸੀ, ਵਿਸ਼ਵਾਸ ਤਾਂ ਹੀ ਨਹੀਂ ਸੀ ਹੋ ਰਿਹਾ ਕਿ ਉਹ ਗਿਆ ਹੀ ਨਹੀਂ ਸੀ, ਉਹਨੇ ਆਉਣਾ ਸੀ ਜੀ। ਤੇ ਅੱਜ ਸਤਿਗੁਰੂ ਸੱਚੇ